पिछले कुछ महीनों से हिमाचल में पंजाब हरियाणा व देश के अन्य भागों से गए टैक्सी ड्राइवर्स के साथ हुई मारपीट के विरोध में दिल्ली पंजाब हरियाणा चंडीगढ़ और जम्मू कश्मीर के टैक्सी मालिक व चालक यूनियन ने आज चंडीगढ़ में रोष प्रदर्शन किया और कहा कि हिमाचल के लोगों द्वारा दूसरे स्टेट के टैक्सी चालक के साथ हो रहे अभद्र व्यवहार के लिए मुख्यमंत्री को ज्ञापन सौंपेंगे। टैक्सी चालकों का कहना है कि वो पंजाब की मौजूदा सरकार के 92 के 92 विधायकों को मिल चुके हैं, ट्रांसपोर्ट मंत्री को भी मिल चुके हैं, लेकिन इस ओर किसी ने भी ध्यान नहीं दिया। उन्होंने कहा कि अगर सरकार द्वारा इस तरफ कोई कदम नहीं उठाया गया तो हिमाचल से आने वाले टैक्सी ड्राइवर के साथ भी यही व्यवहार किया जाएगा। मैं बिक्रम सिंह पुनीर ट्राई सिटी कैब यूनियन का प्रधान है जी, ट्राई सिटी चंडीगढ़ च। ਵੱਖ ਵੱਖ ਥਾਵਾਂ ਤੋਂ ਸਾਡੇ ਡਰਾਈਵਰ ਵੀਰ ਆ ਰੱਖੇ ਇੱਥੇ। ਇਹ ਕਾਲ ਹੈਗੀ ਜੀ ਆਜ਼ਾਦ ਟੈਕਸੀ ਯੂਨੀਅਨ ਦੀ, ਤੇ ਅਸੀਂ ਉਹਨਾਂ ਨੂੰ ਸਹਿਯੋਗ ਦੇਣ ਆਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹਿਮਾਚਲ 'ਚ ਸਾਡੇ ਡਰਾਈਵਰ ਵੀਰਾਂ ਨਾਲ ਬਹੁਤ ਧੱਕਾ ਹੋ ਰਿਹਾ, ਮਾਰਕੁੱਟ ਹੋ ਰਹੀ ਹੈ। ਉਹਦੇ ਰੋਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਹਾਂ ਅਤੇ ਅਸੀਂ ਹਿਮਾਚਲ ਸਰਕਾਰ ਅਤੇ ਹਿਮਾਚਲ ਪ੍ਰਸ਼ਾਸਨ ਨੂੰ, ਜਿਵੇਂ ਕਿ ਆਪਾਂ 28 ਤਰੀਕ ਨੂੰ ਵੀ ਫੋਨ ਕਰਕੇ ਮਨਾਲੀ ਦੇ DSP ਨੂੰ ਕਿਹਾ ਸੀਗਾ ਕਿ ਜਿਹੜੇ ਸਾਡੇ ਡਰਾਈਵਰ ਵੀਰਾਂ ਨਾਲ ਮਨਾਲੀ 'ਚ ਮਾਰਪੀਟ ਹੋਈ ਹੈ ਉਹਦੇ ਵਾਸਤੇ ਬਈ ਤੁਸੀਂ ਕੁਛ ਕਰਨਾ ਹੈ ਤਾਂ 2 ਦਿਨ ਦਾ ਤੁਹਾਡੇ ਕੋਲ ਟਾਈਮ ਹੈਗਾ। ਜੇ 2 ਦਿਨ 'ਚ ਤੁਸੀਂ ਕਲਪਿਟ ਨੂੰ, ਗੁਨਾਹਗਾਰ ਨੂੰ ਫੜ ਕੇ ਸਜ਼ਾ ਨਹੀਂ ਦਿੱਤੀ ਤਾਂ ਅਸੀਂ ਟ੍ਰਾਈ ਸਿਟੀ 'ਚ ਤੁਹਾਡੇ ਗੱਡੀਆਂ ਨੂੰ ਆਉਣਾ ਬੰਦ ਕਰ ਦੇਵਾਂਗੇ। ਮੇਰਾ ਕਹਿਣਾ ਹੈ ਜੀ ਕਿ ਜਿਵੇਂ ਹਿਮਾਚਲ 'ਚ ਗੁੰਡਾਗਰਦੀ ਹੁੰਦੀ ਪਈ ਹੈ ਉਹਦੇ ਨਾਲ ਹਿਮਾਚਲ ਦੇ ਰੈਵਨਿਊ 'ਚ ਵੀ ਫਰਕ ਪੈ ਰਿਹਾ, ਹਿਮਾਚਲ ਦੀ ਰੈਪੂਟੇਸ਼ਨ ਤੇ ਵੀ ਫਰਕ ਪੈ ਰਿਹਾ। ਕਿਆ ਕੀ ਆਪਣੇ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆ ਰਿਹਾ? ਕਿਉਂ ਪ੍ਰਸ਼ਾਸਨ ਆਪਣੇ ਡਰਾਈਵਰਾਂ ਦਾ ਸਾਥ ਦਿੰਦਾ ਉੱਥੇ, ਗਲਤ ਬੰਦੇ ਨੂੰ ਸਜ਼ਾ ਕਿਉਂ ਨਹੀਂ ਦਿੰਦਾ? ਤਾਂ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਜੀ। ਜਿਵੇਂ ਸਾਡੇ ਡਰਾਈਵਰਾਂ ਨਾਲ ਜੇ ਦੁਬਾਰਾ ਕੁਛ ਇੱਦਾਂ ਹੁੰਦਾ ਹੈ ਤਾਂ ਅਸੀਂ ਟ੍ਰਾਈ ਸਿਟੀ 'ਚ ਉਹਨਾਂ ਦੇ ਗੱਡੀਆਂ ਇੱਥੇ ਆਉਣ ਨਹੀਂ ਦੇਵਾਂਗੇ। ਬਾਕੀ ਫੈਸਲਾ ਜਿਹੜਾ ਵੀ ਹੋਊਗਾ ਆਪਣਾ ਕਲਸੀ ਸਾਹਿਬ ਲੈਣਗੇ, ਆਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ, ਜੇ ਜਿਹਨੇ ਦਾ ਉਹਨਾਂ ਦਾ ਫੈਸਲਾ ਹੋਊਗਾ TCA ਜਾਂ ਟ੍ਰਾਈ ਸਿਟੀ ਕੈਬ ਐਸੋਸੀਏਸ਼ਨ ਉਹਨਾਂ ਦੇ ਨਾਲ ਹੈ। ਬਹੁਤ ਬਹੁਤ ਧੰਨਵਾਦ ਡਰਾਈਵਰੋ ਕੇ ਸਾਥ ਹਿਮਾਚਲ ਮੇ ਜੋ ਜਿਆਦਤੀ ਹੋ ਰਹੀ ਹੈ ਉਸਕੇ ਬਾਰੇ ਮੇ ਆਪਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋ ਕੋਈ ਇਤਲਾਹ ਦੀ, ਆਪਣੀ ਤਰਫ ਸੇ ਕੋਈ ਕੰਪਲੇਂਟ ਦੀ ਹੈ? ਬਿਲਕੁਲ ਜੀ, ਹਮਨੇ ਪ੍ਰਸ਼ਾਸਨ ਕੋ ਇਤਲਾਹ ਤੋ ਦੇ ਦੀ ਥੀ ਔਰ 2 ਤਾਰੀਖ ਕੋ ਹਮ ਜੋ ਹੈ ਇਸ ਪਰ ਪ੍ਰੋਟੈਸਟ ਵੀ ਕਰਨੇ ਵਾਲੇ ਥੇ, लेकिन हमें एक और कमेटी ने बताया कि आजाद टैक्सी यूनियन जो है वो चंडीगढ़ में हमारे घर में आके कुछ अपना विरोध दर्ज कर रही है, तो हमें एकता का इसमें अपना एकता दर्शानी चाहिए और उनके साथ मिलकर इसको बड़े लेवल पर करना चाहिए। तो आज चंडीगढ़ में कहां कहां की टैक्सी यूनियन पहुंची है अपना विरोध प्रदर्शन करने के लिए? ऐसा है सर, टैक्सी यूनियन तो तकरीबन हर स्टैंड से पहुंची है, लेकिन हम कैब नहीं सर, स्टेट स्टेट तो पंजाब से आए हैं जी, हरियाणा से आए हैं, पंजाब के अलग अलग शहरों से आए हैं, हरियाणा के बहुत सारे शहरों से आए हैं और ट्राई सिटी से, दिल्ली से भी कुछ यूनियंस आई हैं। नहीं सॉरी सर, इसमें तो अपना कलसी साहब से आपके साथ देने के लिए टैक्सी यूनियन आई है? ऐसे है जी, यहाँ पर हमारे साथ जम्मू कश्मीर से भी आ रखे हैं, दिल्ली से भी आ रखे हैं, हरियाणा पंजाब और नजदीक के जितने भी स्टेट हैं वो यहाँ पर शामिल है जी। ਸੋ ਮੈਂ ਪ੍ਰਦੀਪ ਸਿੰਘ ਸੇਖਪੁਰਾ, ਪ੍ਰਧਾਨ ਆਜ਼ਾਦ ਟੈਕਸੀ ਯੂਨੀਅਨ ਜ਼ਿਲ੍ਹਾ ਰੋਪੜ ਤੋਂ। ਸੋ ਅੱਜ ਅਸੀਂ ਚੰਡੀਗੜ੍ਹ ਸੈਕਟਰ 25 ਦੇ ਵਿੱਚ ਖੜ੍ਹੇ ਹੋਏ ਹਾਂ। ਇੱਥੇ ਇੱਕ ਆਜ਼ਾਦ ਟੈਕਸੀ ਯੂਨੀਅਨ ਨੇ ਵਿਸ਼ਾਲ ਰੈਲੀ ਰੱਖੀ ਗਈ, ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ। ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ ਪਿਛਲੇ ਸਮੇਂ ਤੋਂ
ਕਿ ਹਿਮਾਚਲ ਦੇ ਵਿੱਚ ਲਗਾਤਾਰ ਸਾਡੇ ਪੰਜਾਬੀ ਭਰਾਵਾਂ ਦੀ ਕੁੱਟਮਾਰ ਹੋ ਰਹੀ ਹੈ। ਉਹਦੇ ਵਿੱਚ ਚਾਹੇ ਸਾਡੇ ਪੰਜਾਬੀ ਭਰਾ ਹੈ ਜਾਂ ਸਾਡੇ ਡਰਾਈਵਰ ਭਾਈ ਹੈ, ਉਹਨਾਂ ਦੀ ਜਿਹੜੀ ਕੁੱਟਮਾਰ ਹੈ ਉੱਥੇ ਲੋਕਲ ਸ਼ਰਾਰਤੀ ਅੰਸਰ ਜਿਹੜੇ ਉਹਨਾਂ ਦੇ ਵੱਲੋਂ ਕੁੱਟਮਾਰ ਜਿਹੜੀ ਹੈ ਕਰੀ ਗਈ ਹੈ, ਉਹਨੂੰ ਲੈ ਕੇ ਅੱਜ ਅਸੀਂ ਇੱਥੇ ਚੰਡੀਗੜ੍ਹ ਸੈਕਟਰ 25 ਦੇ ਵਿੱਚ ਇਕੱਠ ਰੱਖਿਆ ਹੈ। ਇਹਦੇ ਬਾਰੇ ਸਰ ਤੁਸੀਂ ਕੋਈ ਪ੍ਰਸ਼ਾਸਨ ਨੂੰ ਗਿਆਪਨ ਵੀ ਦੇਣਾ ਜੀ? ਹਾਂਜੀ, ਅੱਜ ਪ੍ਰਸ਼ਾਸਨ ਨੂੰ ਆਪਾਂ ਮੰਗ ਪੱਤਰ ਵੀ ਦੇਵਾਂਗੇ। ਪਵਨਦੀਪ ਸਿੰਘ, ਆਜ਼ਾਦ ਟੈਕਸੀ ਯੂਨੀਅਨ ਜਨਰਲ ਸੈਕਟਰੀ, ਜੁਆਇੰਟ ਸੈਕਟਰੀ ਸੋਰੀ ਪੰਜਾਬ। ਅੱਜ ਜੋ ਕਿ ਆ ਰੋਸ ਪ੍ਰਦਰਸ਼ਨ ਅਸੀਂ ਰੱਖਿਆ ਵੱਡੇ ਲੈਵਲ ਤੇ, ਪੂਰਾ ਪੰਜਾਬ, ਹਰਿਆਣਾ, ਦਿੱਲੀ, ਸਾਰੇ ਵੀ ਸਟੇਟਾਂ ਦੇ ਇੱਥੇ ਮਾਲਕ ਤੇ ਚਾਲਕ ਇਕੱਠੇ ਹੋਏ ਆ। ਇਹ ਕੀ ਆ, ਤੁਸੀਂ ਜਿਵੇਂ ਕਿ ਜਾਣਦੇ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਡੇ ਮਾਲਕ ਤੇ ਚਾਲਕ ਵੀਰਾਂ ਨਾਲ ਤੇ ਆਮ ਪਬਲਿਕ ਨਾਲ ਵੀ ਹਿਮਾਚਲ ਦੇ ਵਿੱਚ ਜੋ ਬਦਸਲੂਕੀ ਹੋ ਰਹੀ ਆ, ਮਾਰਕਟਾਈ ਹੋ ਰਹੀ ਆ, ਹਿਮਾਚਲ ਸਰਕਾਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ, ਕੋਈ ਪ੍ਰਸ਼ਾਸਨ ਉਹਦੀ ਸਾਰ ਨਹੀਂ ਲੈ ਰਿਹਾ, ਨਾ ਹੀ ਪੰਜਾਬ ਗੌਰਮੈਂਟ ਉਹਤੇ ਕੋਈ ਐਕਸ਼ਨ ਲੈ ਰਹੀ ਆ। ਜਦਕਿ ਅਸੀਂ ਟੈਕਸ ਪੇ ਕਰਕੇ ਜਾਂਦੇ ਡਬਲ ਡਬਲ ਟ੍ਰਿਪਲ ਟ੍ਰਿਪਲ, ਠੀਕ ਆ ਜੀ, ਟ੍ਰਿਪਲ ਟੈਕਸੇਸ਼ਨ ਹੋ ਰਹੀ ਆ ਹਿਮਾਚਲ ਦੇ ਵਿੱਚ ਇਸ ਟਾਈਮ, ਤੇ ਉਹਦੇ ਬਾਵਜੂਦ ਵੀ ਸਾਨੂੰ ਕੋਈ ਫੈਸਿਲਿਟੀ ਨਹੀਂ, ਨਾ ਤਾਂ ਹੋਟਲਾਂ ਵੱਲੋਂ, ਨਾ ਉੱਥੇ ਦੇ ਲੋਕਲ ਜਿਹੜੇ ਆਪਰੇਟਰ ਆ ਉਹਨਾਂ ਵੱਲੋਂ, ਨਾ ਉੱਥੇ ਦੀ ਗੌਰਮੈਂਟ ਵੱਲੋਂ। ਤੁਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਆ ਕਿ ਕਿੱਦਾਂ ਸਾਡੇ ਵੀ ਲੋਕਾਂ ਦੀ ਮਾਰਕਟਾਈ ਹੋ ਰਹੀ ਆ, ਡਰਾਈਵਰ ਵੀਰਾਂ ਦੀ ਮਾਰਕਟਾਈ ਹੋ ਰਹੀ ਆ। ਇੱਥੇ ਤੱਕ ਵੀ ਹੋਟਲਾਂ ਵੱਲੋਂ ਵੀ ਕੋਈ ਸਾਡੇ ਡਰਾਈਵਰ ਵੀਰਾਂ ਦਾ ਨਾ ਉੱਥੇ ਸੌਣ ਦਾ ਪ੍ਰਬੰਧ, ਨਾ ਉੱਥੇ ਕਿਸੇ ਵੀ ਤਰ੍ਹਾਂ ਦੀ ਡਰਾਈਵਰ ਬੰਦੇ ਨੂੰ ਫੈਸਿਲਿਟੀ ਆ। ਕਈ ਵੀਰ ਤਾਂ ਗੱਡੀਆਂ ਦੇ ਵਿੱਚ ਹੀ ਪੂਰੇ ਹੋ ਗਏ ਸਾਡੇ ਇਹਨਾਂ ਦੀਆਂ ਨਲੈਕੀਆਂ ਕਰਕੇ, ਠੀਕ ਹੈ ਜੀ। ਕਾਫੀ ਲੰਮੇ ਸਮੇਂ ਤੋਂ ਇਹਨਾਂ ਚੀਜ਼ਾਂ ਦਾ ਅਸੀਂ ਵਿਰੋਧ ਕਰਦੇ ਆ ਰਹੇ ਹਾਂ, ਹੁਣ ਸਾਡੇ ਹੱਥ ਖੜੇ ਹੋ ਚੁੱਕੇ ਆ, ਠੀਕ ਹੈ ਜੀ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਮਾਰਕਟਾਈ ਕਰਦੇ ਆ, ਉਲਟਾ ਸਾਡੇ 'ਤੇ ਬਲੇਮ ਲਾ ਦਿੰਦੇ ਆ। ਅਸੀਂ ਤਾਂ ਆਪਣਾ ਕਿੱਤਾ ਕਰਨ ਜਾਂਦੇ ਹਾਂ, ਆਪਣੇ ਪਰਿਵਾਰਾਂ ਲਈ ਜਾਂਦੇ ਹਾਂ, ਠੀਕ ਹੈ ਜੀ, ਆਪਣੇ ਬੱਚਿਆਂ ਵਾਸਤੇ ਜਾਂਦੇ ਹਾਂ ਰੋਜ਼ਗਾਰ ਕਮਾਉਣ, ਅਤੇ ਇਹ ਕੋਈ ਨਾ ਕੋਈ ਸ਼ਰਾਰਤ ਕਰਕੇ ਉਲਟਾ ਸਾਨੂੰ ਹੀ ਬਲੇਮ ਕਰਕੇ ਸਾਡੇ ਹੀ ਵੀਰਾਂ ਦੀ, ਮਾਲਕਾਂ ਚਾਲਕਾਂ ਦੀ ਕੁਟਾਈ ਕਰਦੇ ਆ। ਕਈ ਵਾਰ ਕਈ ਵੀਰਾਂ ਦੇ ਕਈ ਇੱਦਾਂ ਦੀਆਂ ਸੱਟਾਂ ਲੱਗੀਆਂ ਕਿ ਉਹ ਵਿਚਾਰੇ ਕੰਮ ਕਾਰ ਤੋਂ ਗਏ, ਕਈ ਵੀਰਾਂ ਦੀ ਡੈਥ ਤੱਕ ਵੀ ਹੋਈ ਆ ਇਹਨਾਂ ਕੇਸਾਂ ਦੇ ਵਿੱਚ। ਤਾਂ ਵੀ ਇਹਨਾਂ ਗੌਰਮੈਂਟਾਂ ਦੇ ਕੰਨ 'ਤੇ ਜੂ ਨਹੀਂ ਸਰਕੀ। ਸਾਡਾ ਜਿਹੜਾ ਕਮਰਸ਼ੀਅਲ ਨੰਬਰ ਗੱਡੀਆਂ ਦਾ ਦੇਖ ਲਓ ਵੀ ਰੈਵੀਨਿਊ ਇੰਨਾ ਜਾਂਦਾ ਇਹਨਾਂ ਗੌਰਮੈਂਟਾਂ ਨੂੰ, ਅਸੀਂ ਟੈਕਸ ਪੇ ਕਰਦੇ ਹਾਂ, ਗੌਰਮੈਂਟ ਦੇ ਰੈਵੀਨਿਊ 'ਚ ਵਾਧਾ ਪਾਉਂਦੇ ਹਾਂ, ਫਿਰ ਵੀ ਸਾਨੂੰ ਕੋਈ ਵੀ ਹਿਮਾਚਲ ਵੱਲੋਂ ਜਾਂ ਪੰਜਾਬ ਵੱਲੋਂ ਕੋਈ ਵੀ ਸਾਡੇ ਮਾਲਕਾਂ ਅਤੇ ਚਾਲਕ ਵੀਰਾਂ ਨੂੰ ਕੋਈ ਸਹੂਲਤ ਨਹੀਂ ਗੀ, ਅਸੀਂ ਹੋਰ ਧੱਕਾ ਬਰਦਾਸ਼ਤ ਨਹੀਂ ਕਰਾਂਗੇ, ਠੀਕ ਆ। ਅੱਜ ਅਸੀਂ ਮੀਟਿੰਗ ਰੱਖੀ ਆ, ਸਿਰਫ ਇਹ ਅਸੀਂ ਉਹਨਾਂ ਨੂੰ ਦਿਖਾਇਆ ਆ ਵੀ ਅਸੀਂ ਇਕੱਲੇ ਇਕੱਲੇ ਨਹੀਂ ਗਏ, ਉਹ ਇਸੇ ਚੀਜ਼ ਦਾ ਫਾਇਦਾ ਚੱਕਦੇ ਆ ਵੀ ਇਹ ਕਦੀ ਇਕੱਠੇ ਨਹੀਂ ਹੁੰਦੇ ਜਾਂ ਕਦੀ ਆਵਾਜ਼ ਨਹੀਂ ਚੁੱਕਦੇ। ਅਸੀਂ CM ਸਾਹਿਬ ਨੂੰ ਵੀ ਅਪੀਲ ਕਰਦੇ ਹਾਂ। ਅਗਲਾ ਕੀ ਸਟੈਪ ਹੈ? ਅਗਲਾ ਸਟੈਪ ਪਹਿਲਾਂ ਤਾਂ ਅਸੀਂ ਆਪਣੀ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਆ ਇਹਦੇ ਵਿੱਚ ਆਪਣੀ ਇੱਕ ਮੀਟਿੰਗ ਕਰਾਂਗੇ, ਠੀਕ ਆ ਜੀ, ਅਤੇ ਜੋ ਵੀ ਸਾਡਾ ਸਟੇਟ ਬਾਡੀ ਦਾ ਫੈਸਲਾ ਹੋਊਗਾ ਜਾਂ ਤਾਂ ਪ੍ਰਧਾਨ ਮੰਤਰੀ ਸਾਹਿਬ ਦੇ ਆਪਣੇ ਘਰ ਦੇ ਵੱਲ ਨੂੰ ਕੂਚ ਕਰਾਂਗੇ, ਠੀਕ ਆ ਜੀ। ਉਸ ਤੋਂ ਬਾਅਦ ਜੇ ਇਹ ਸਾਨੂੰ ਰੋਕਦੇ ਆ ਤਾਂ ਕੋਸ਼ਿਸ਼ ਹੋ ਸਕੇ ਅਸੀਂ ਜਲੰਧਰ ਵੱਲ ਨੂੰ ਵੀ ਕੂਚ ਕਰਾਂਗੇ ਜੀ, ਕਿਉਂਕਿ ਜਲੰਧਰ ਜਿਮਣੀ ਚੋਣਾਂ ਚੱਲ ਰਹੀਆਂ। ਅਸੀਂ ਸਾਰਿਆਂ ਨੂੰ ਮਿਲ ਚੁੱਕੇ ਹਾਂ, ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ। ਇਹਨਾਂ ਦੇ 92 ਦੇ 90 92 MLA ਨੂੰ ਮਿਲ ਚੁੱਕੇ ਹਾਂ, ਸਾਰੇ MLA ਨੂੰ ਮਿਲ ਚੁੱਕੇ ਹਾਂ, ਟਰਾਂਸਪੋਰਟ ਮੰਤਰੀ ਤੋਂ 4 ਵਾਰੀ ਮੀਟਿੰਗਾਂ ਕਰ ਚੁੱਕੇ ਹਾਂ ਟਰਾਂਸਪੋਰਟ ਮੰਤਰੀ ਨਾਲ। ਠੀਕ ਹੈ, ਹਾਂਜੀ, ਮੈਂ ਇਸ ਵਕਤ ਖੜਾ ਹੂੰ ਸੈਕਟਰ 25 ਕੀ ਰੈਲੀ ਗਰਾਊਂਡ ਮੇ, ਚੰਡੀਗੜ੍ਹ ਕੇ ਸੈਕਟਰ 25 ਕੇ ਰੈਲੀ ਗਰਾਊਂਡ ਮੇ।
जहां पर चंडीगढ़, पंजाब, हरियाणा, हिमाचल, J&K, दिल्ली और भी कई स्टेट्स के टैक्सी यूनियंस, मालिक और चालक दोनों यूनियंस के प्रधान यहां पर पहुंचे अपना विरोध प्रदर्शन करने के लिए। इनका विरोध है जो पिछले दिनों बाकी स्टेट से हिमाचल के अंदर टैक्सी चालक अपनी सवारी के साथ गए थे तो वहाँ पर लोकल बंदों द्वारा, लोकल टैक्सी ड्राइवर्स द्वारा उनके साथ मारपीट की गई, जाती की गई, छोटी छोटी मामूली बातों को लेकर। इन्होंने वहाँ पर कंप्लेंट दर्ज कराई, अपनी कंप्लेंट्स दर्ज करवाई, अपना विरोध करवाया, लेकिन ना ही किसी प्रशासन ने, ना ही लोकल बंदे ने इनकी कोई बात सुनी। आज ये अपना ज्ञापन देने के लिए यहाँ पर प्रस्तुत हुए हैं और मेरी कुछ बात हुई है पंजाब के टैक्सी यूनियन के साथ। उन्होंने बोला कि हम पंजाब सरकार की 92 के 92 MLAs को मिल चुके हैं, परिवहन मंत्री को मिल चुके हैं, CM साहब को अपना ज्ञापन दे चुके हैं, लेकिन किसी ने भी इनकी कोई बात नहीं सुनी। तो इनका अगला स्टेप होगा कि अगर इनकी कोई बात नहीं सुनी जाती तब ये हिमाचल की जो गाड़ियां चंडीगढ़ में आती हैं या किसी और स्टेट में जाती हैं तो उनके साथ भी ये वैसा ही व्यवहार करेंगे। धन्यवाद। ताज़ा अपडेट्स और बड़ी खबरों के लिए सब्सक्राइब करें आज प्रकाश TV और बेल आइकन दबाना ना भूलें।